ਦਾ ਜਿਹੜਾ ਵਾ ਤੁਸੀਂ ਇੱਥੇ ਪਹੁੰਚੇ ਵੀ ਹੋ ਸਰ, ਕਈ ਤਰ੍ਹਾਂ ਦੀ ਸਮੱਸਿਆ ਵੀ ਸੁਣੀਆਂ ਸਰ, ਕੀ ਮੇਨ ਮੇਨ ਸਮੱਸਿਆ ਨੇ ਅਤੇ ਕੀ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਦਾ ਕਦਮ ਚੁੱਕ ਰਹੇ ਤਾਂ ਕਿ ਸਮੱਸਿਆਵਾਂ ਹੱਲ ਹੋ ਸਕਣ? ਐਕਚੁਅਲੀ ਜਿਹੜੇ ਰੇਹੜੀ ਫੜੀ ਵਾਲੇ ਮੋਹਾਲੀ ਸ਼ਹਿਰ ਦੇ ਸਾਰੇ ਰੇਹੜੀ ਵਾਲੇ ਹੈਗੇ ਆ, ਉਹ ਸਾਰੇ ਅੱਜ ਇੱਥੇ ਇਕੱਠੇ ਹੋਏ ਸੀ ਅਤੇ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜਿਵੇਂ ਜਿਵੇਂ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ 'ਤੇ ਵਾਇਲੇਸ਼ਨ ਵੀ ਹੁੰਦੀ ਆ, ਕਾਫੀ ਜਗ੍ਹਾ 'ਤੇ ਟ੍ਰੈਫਿਕ ਵੀ ਜਾਮ ਹੁੰਦਾ ਹੈਗਾ, ਸਾਰਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਸੀਂ ਥੋੜ੍ਹਾ ਰੋਡ ਤੋਂ ਹਟ ਕੇ ਲਾਓ, ਅਤੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਮਤਲਬ ਤੁਹਾਡੀ ਕੋਈ ਦੁਕਾਨਦਾਰੀ ਜਾਂ ਰੋਜੀ ਰੋਟੀ ਖਰਾਬ ਕਰੀਏ, ਔਰ ਅਸੀਂ ਇਹਦਾ ਨਾਲ ਇੱਕ ਭਰੋਸਾ ਵੀ ਉਹਨਾਂ ਦਿੱਤਾ ਹੈਗਾ ਕਿ ਅਸੀਂ ਬੜੀ ਜਲਦੀ ਗਮਾਡਾ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਅਤੇ ਅਸੀਂ ਜਿਹੜਾ ਉਹਦੀ ਜਗ੍ਹਾ ਹੈਗੀ ਆ ਉਹ ਅਲੋਟ ਕਰਵਾ ਕੇ ਦੇ ਰਹੇ ਹਾਂ, ਤਾਂ ਕਿ ਅਸੀਂ ਸ਼ਹਿਰ ਤੋਂ ਉਹਨਾਂ ਨੂੰ ਬਾਹਰ ਕੱਢ ਕੇ ਉਸ ਜਗ੍ਹਾ ਜਿਹੜੀ ਫੜੀ ਵਾਸਤੇ ਜਗ੍ਹਾ ਦੇਈਏ ਅਤੇ ਆਪਣੀ ਜਿਹੜੀ ਦੁਕਾਨਦਾਰੀ ਆਪਣੀ ਕੋਈ ਰੋਜੀ ਰੋਟੀ ਕਮਾ ਸਕਣ। ਅਤੇ ਸਰ ਚੰਡੀਗੜ੍ਹੋਂ ਵੀ ਬਾਕੀ ਕਾਫੀ ਰੇਹੜੀ ਫੜੀ ਆ ਗਏ ਨੇ ਅਤੇ ਉਹਨਾਂ ਦਾ ਆਰੋਪ ਹੈ ਕਿ ਬਈ ਅਸੀਂ ਸਾਡੇ ਕੋਲ ਲਾਇਸੈਂਸ ਹੈ, ਅਸੀਂ ਪਿੱਛੇ ਰਹਿੰਦੇ ਹਾਂ, ਟ੍ਰੈਫਿਕ ਪ੍ਰੋਬਲਮ ਉਹ ਕ੍ਰੀਏਟ ਕਰਦੇ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਦੁਕਾਨਾਂ ਮਤਲਬ ਰੇਹੜੀ ਫੜੀ ਚੱਕੀ ਜਾਂਦੀ। ਇਹਨਾਂ ਸਾਰਿਆਂ ਦੇ ਮੋਹਾਲੀ ਦੇ ਬਸਿੰਦੇ ਹੈਗੇ ਨੇ, ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਚੰਡੀਗੜ੍ਹ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਕਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਆਪਣਾ ਕੰਮ ਕਰੋ ਅਤੇ ਮੋਹਾਲੀ ਵਾਲੇ ਨੂੰ ਮੋਹਾਲੀ ਦੇ ਵਿੱਚ ਕੰਮ ਕਰਨਗੇ ਤਾਂ ਕਿ ਮੋਹਾਲੀ ਦੇ ਵਿੱਚ ਕੋਈ ਟ੍ਰੈਫਿਕ ਸਮੱਸਿਆ ਨਾ ਆਵੇ ਅਤੇ ਸਾਰੇ ਲੋਕ ਆਰਾਮ ਨਾਲ ਆਪਣਾ ਘਰੇ ਜਾ ਸਕਣ। ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ।